ਹੋਏਗਾ ਕਿ ਇਹਨਾਂ ਧਮਕੀਆਂ ਦਾ ਅਸਰ ਕੈਪਟਨ ਸਰਕਾਰ ਦੇ ਡੇਰਿਆਂ 'ਚ ਇਕੱਠੀ ਹੁੰਦੀ ਹੈ। ਜੇ ਤੁਸੀਂ ਸੱਚ ਦਾ ਜਾਂ ਗੁਰਮਤ ਦਾ ਪ੍ਰਚਾਰ ਕਰਨਾ ਆ ਫਿਰ ਐਸਾ ਨਹੀਂ ਹੁੰਦਾ। ਅਸ ਹੋਇਆ ਹੈ ਸਾਰਾ ਜੀ ਕਿ ਧਮਕੀਆਂ ਪਿੱਛੇ ਕੌਣ ਦਾ ਮਤਲਬ ਨਹੀਂ, ਕਿਉਂਕਿ ਜਿਹੜੀ ਇਸ ਵਾਰ ਧਮਕੀ ਆਈ ਹੈ ਇਹ ਬਾਬਾ ਹਰਨਾਮ ਸਿੰਘ ਦੇ ਸਾਹਮਣੇ ਬੈਠਿਆਂ ਔਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦੀ ਮੀਟਿੰਗ ਦੇ ਵਿੱਚ ਚੌਂਕ ਮਹਿਤਾ ਤੋਂ ਟਕਸਾਲ ਦਾ ਜਿਹੜਾ ਮੁੱਖ ਸਥਾਨ ਹੈ ਉਹਦੇ ਵਿੱਚ ਬੈਠ ਕੇ ਉਹਨਾਂ ਨੇ ਉਹ ਜਿਹੜੀ ਧਮਕੀ ਹੈ ਉਹ ਦਿੱਤੀ ਹੈ। ਉਹਨਾਂ ਦਾ ਮੁੱਖ ਬੁਲਾਰਾ ਜਿਹੜਾ ਚਰਨਜੀਤ ਸਿੰਘ ਜੱਸੋਵਾਲ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਨੇ, ਹਰ ਜਗ੍ਹਾ ਉਹ ਅੱਗੇ ਹੁੰਦੇ, ਉਹਨਾਂ ਨੇ ਧਮਕੀ ਦਿੱਤੀ। ਨਹੀਂ ਇਹ ਤਾਂ ਚਾਹੀਦਾ ਹੀ ਹੈ ਜੀ ਸਾਨੂੰ, ਮੇਰੇ ਵੱਲੋਂ ਜੇ ਕਦੇ ਕਿਸੇ ਨਾਲ ਧੱਕਾ ਕੀਤਾ ਗਿਆ ਜਾਂ ਕਿਸੇ ਨੂੰ ਧਮਕੀ ਦਿੱਤੀ ਗਈ ਹੈ ਜਾਂ ਅੱਜ ਤੱਕ ਕੋਈ ਵਾਅਦਾ ਕੀਤਾ ਤਾਂ ਮੈਂ ਉਹਦਾ ਜਵਾਬ ਦੇ। ਨਹੀਂ ਉਹ ਸਾਹਮਣੇ ਬੈਠੇ ਸੀ ਜੀ, ਉਸ ਵੇਲੇ ਸਾਹਮਣੇ ਬੈਠੇ ਸੀਗੇ ਉਹ, ਫਿਰ ਖੁੱਲ੍ਹ ਕੇ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਇੱਦਾਂ ਦੀ ਧਮਕੀ 6 ਦੀਆਂ 6 ਅਸੀਂ ਲੰਘਾ ਦਿਆਂਗੇ ਜੀ, ਇੱਦਾਂ ਦਾ ਕੁਛ ਕਹਿਣਾ ਜਿਹੜਾ ਆ ਇਹ ਗਲਤ ਹੈ। ਸਰਕਾਰ ਨੂੰ ਤੁਸੀਂ ਇਹਦੇ ਬਾਰੇ ਦੱਸ ਦਿੱਤਾ? ਨਹੀਂ ਮੈਂ ਆਪਣੀ ਵੀਡੀਓ ਜਾਰੀ ਕੀਤੀ ਸੀ, ਉਹਦੇ ਵਿੱਚ ਅਸੀਂ ਕਿਸੇ ਕੋਲ ਨਾ ਤਾਂ ਜੱਸੋਵਾਲ ਦੀ ਰਿਪੋਰਟ ਕਿਤੇ ਕੀਤੀ ਹੈ ਅਤੇ ਨਾ ਅਸੀਂ ਕਰਨੀ ਹੈ। ਕੱਲ੍ਹ ਇੱਕ ਹੋਰ ਵੀ ਵੀਡੀਓ ਆਈ ਹੈ ਵਿੱਚ 24 ਘੰਟੇ 'ਚ ਸਿਰ ਲਾ ਦਿਆਂਗੇ, ਲਾ ਕੇ ਲਿਆ ਦਿਆਂਗੇ, ਤਾਂ ਉਹ ਅਸੀਂ ਕਿਸੇ ਕੋਲ ਰਿਪੋਰਟ ਇਹਦੇ ਬਾਰੇ ਅਸੀਂ ਉਹਨਾਂ ਦੇ ਧਿਆਨ ਵਿੱਚ ਜ਼ਰੂਰ ਪ੍ਰਸ਼ਾਸਨ ਦੇ ਜੋ ਨੇੜੇ ਸਾਡੇ ਉਹ ਲਿਆਂਦਾ ਆ, ਪਰ ਬਾਕੀ ਮੈਂ ਆਪਣੀ ਇੱਕ ਵੀਡੀਓ ਜਾਰੀ ਕੀਤੀ। ਨਹੀਂ ਦੇਖੋ ਇੱਦਾਂ ਦੀਆਂ ਧਮਕੀਆਂ ਬਹੁਤ ਆਉਂਦੀਆਂ, ਅਸੀਂ ਪਬਲਿਕ ਦੇ ਵਿੱਚ ਆਪਣੀ ਗੱਲ ਰੱਖੀ ਹੈ ਵੀ ਆਹ ਡੈਮੋਕ੍ਰੇਸੀ ਵਿੱਚ ਧਮਕੀਆਂ ਦੇਣੀਆਂ ਜਿਹੜੀਆਂ ਨੇ ਗਲਤ ਨੇ, ਅਸੀਂ ਉਹਨਾਂ ਉੱਤੇ ਕੋਈ ਕੇਸ ਕਰਨ ਵਾਸਤੇ ਜਾਂ ਉਹਨਾਂ ਨੂੰ ਜੇਲ੍ਹ ਕਰ ਦਿਓ, ਉਹਨਾਂ ਨੂੰ ਫੜ ਲਓ, ਅਸੀਂ ਇੱਦਾਂ ਦੇ ਮੈਂ ਕੰਮ ਵਿੱਚ ਨਹੀਂ ਆਉਣਾ ਚਾਹੁੰਦਾ। ਲੋ ਐਂਡ ਆਰਡਰ ਜੋ ਵੀ ਹੈਗਾ ਆ ਇੱਥੋਂ ਦਾ ਮਾਹੌਲ ਹੈ ਜਿਹੜਾ ਇਹ ਸਰਕਾਰ ਨੇ ਵੇਖਣਾ ਆ, ਉਹਨਾਂ ਨੇ ਆਪਣੇ ਤਰੀਕੇ ਨਾਲ ਜੋ ਵੀ ਉਹਨਾਂ ਨੂੰ ਠੀਕ ਲੱਗਿਆ ਆ ਉਹਨਾਂ ਨੇ ਆਪਣਾ ਐਕਸ਼ਨ ਲਿਆ ਆ। ਹਾਂਜੀ ਠੀਕ ਹੈ, ਮੈਂ ਤਾਂ ਇਹ ਕਹਿੰਦਾ ਜੀ ਵੀ ਦੇਖੋ ਅੱਜ ਉਹਨਾਂ ਨੇ ਕੱਲ੍ਹ ਕਿਹਾ ਵੀ ਚੇਤਾਵਨੀ ਅਸੀਂ ਦਿੰਦੇ ਹਾਂ ਦਮਦਮੀ ਟਕਸਾਲ ਨੂੰ, ਚੇਤਾਵਨੀ ਉਹਨਾਂ ਨੇ ਕਿਹਾ, ਕੱਲ੍ਹ ਨੂੰ ਜੇ ਕਿਤੇ ਮੈਂ ਕੁਛ ਐਸਾ ਕਰਦਾ ਹਾਂ ਤਾਂ ਮੈਨੂੰ ਇਦੂ ਵੀ ਸਖ਼ਤ ਚੇਤਾਵਨੀ ਦੇਣੀ ਚਾਹੀਦੀ ਹੈ ਸਰਕਾਰ ਚਾਹੇ ਕੋਈ। ਬਾਬਾ ਜੀ ਤੁਹਾਡੇ 'ਤੇ ਪਹਿਲਾਂ ਵੀ ਅਟੈਕ ਹੋਇਆ ਸੀਗਾ, ਉਸ ਤੋਂ ਬਾਅਦ ਫਿਰ ਇੰਨੀ ਖਤਰਨਾਕ ਧਮਕੀ ਦੇਣਾ, ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਪ੍ਰਸ਼ਾਸਨ ਦਾ ਜਾਂ ਸਰਕਾਰ ਦਾ ਉਹਨਾਂ 'ਤੇ ਰੋਬ ਨਹੀਂ ਹੈਗਾ ਵੀ ਉਹ ਦੁਬਾਰਾ ਤੁਹਾਨੂੰ ਇਹੀ ਜਿਹੇ ਧਮਕੀਆਂ ਦੇ ਰਹੇ ਨੇ? ਨਹੀਂ ਉਹ ਤਾਂ ਚਲੋ ਉਹਨਾਂ ਦਾ ਸੁਭਾਅ ਬਣਿਆ ਹੋਇਆ, ਉਹਨਾਂ ਨੂੰ ਆਦਤ ਬਣੀ ਹੋਈ ਹੈ ਹਰ ਬੰਦੇ ਨੂੰ ਪੈਰਾਂ 'ਚ ਸੁੱਟਣਾ, ਝੁਕਾਉਣਾ, ਦਬਾਉਣਾ, ਦਹਿਲ ਪਾ ਕੇ ਰੱਖਣਾ। ਇਸ ਵਾਰ ਉਹਨਾਂ ਨੂੰ ਮੈਨੂੰ ਇਹ ਲੱਗਦਾ ਵੀ ਪਿਛਲੇ 2 ਸਾਲਾਂ ਵਿੱਚ ਉਹਨਾਂ ਨੂੰ ਇਹ ਲੱਗ ਰਿਹਾ ਵੀ ਇਹ ਬੰਦਾ ਡਰ ਨਹੀਂ ਰਿਹਾ, ਦਹਿਲ ਨਹੀਂ ਮੰਨਿਆ। ਮੈਂ ਆਪਣੀ ਡੈਮੋਕ੍ਰੇਸੀ ਮੁਤਾਬਕ ਕੇਸ ਅਸੀਂ ਜਿਹੜਾ ਸਾਡਾ ਬੰਦਾ ਕਤਲ ਕੀਤਾ ਉਹਦਾ ਕੇਸ ਅਸੀਂ ਝਗੜ ਰਹੇ ਹਾਂ। ਡੈਮੋਕ੍ਰੇਸੀ ਵਿੱਚ ਜੋ ਅਸੀਂ ਕਰ ਸਕਦੇ ਹਾਂ ਅਸੀਂ ਉਹੀ ਕੀਤਾ, ਨਾ ਕਿਸੇ ਨਾਲ ਧੱਕਾ ਕੀਤਾ, ਨਾ ਧਮਕੀ। ਜਿੱਥੇ ਸਾਨੂੰ ਰੌਲਾ ਲੜਾਈ ਪੈਣ ਦਾ ਖਤਰਾ ਲੱਗਦਾ ਨਾਲ ਦੀ ਨਾਲ ਮੈਂ ਬੈਕ ਹਟ ਜਾਂਦਾ, ਚਾਹੇ ਉਹ ਅੰਮ੍ਰਿਤਸਰ ਪ੍ਰੋਗਰਾਮ ਸੀ ਉੱਥੇ ਇਹਨਾਂ ਨੇ ਧਮਕੀ ਦਿੱਤੀ ਵੀ ਉੱਥੇ ਇੱਦਾਂ ਹੋ ਸਕਦਾ, ਇੱਦਾਂ ਹੋ ਸਕਦਾ, ਮੈਂ ਉਹਦੇ ਤੋਂ ਬੈਕ ਹਟ ਗਿਆ। ਤਰਨ ਤਾਰਨ ਪ੍ਰੋਗਰਾਮ ਸੀ ਉੱਥੋਂ ਮੈਂ ਬੈਕ ਹਟ ਗਿਆ। ਜੋ ਬੰਦਾ ਮਾਰਨ ਵੇਲੇ ਵੀ ਆਪਾਂ ਕਿਤੇ ਕੋਈ ਸਟ੍ਰਾਈਕ ਨਹੀਂ ਕੀਤੀ, ਕੋਈ ਧਰਨਾ ਨਹੀਂ ਲਾਇਆ, ਉਸ ਦਿਨ ਤੋਂ ਲੈ ਕੇ ਆਪਾਂ ਆਪਣੀ ਜਦੋਂ ਵੀ ਕਦੇ ਆ ਰਹੀਆਂ ਇੱਧਰਲੇ ਪਾਸਿਓਂ ਧਮਕੀਆਂ ਆ ਰਹੀਆਂ, ਮੇਰੇ ਵੱਲੋਂ ਕਦੇ ਇੱਦਾਂ ਦਾ ਕੁਛ ਨਹੀਂ ਕੀਤਾ ਗਿਆ। ਬਿਲਕੁਲ ਮੈਂ ਡੈਮੋਕ੍ਰੇਸੀ ਵਾਲਾ ਹੀ ਰਾਹ ਅਪਣਾਊਂਗਾ, ਉਹ ਚਾਹੇ ਜੋ ਮਰਜ਼ੀ ਕਰ ਲੈਣ। ਇੱਕ ਗੱਲ ਹੋਰ ਹੈ, ਮੇਰੇ ਖੜ੍ਹੇ ਰਹਿਣ ਨਾਲ ਮੇਰਾ ਮੰਨਣਾ ਇੰਨਾ ਹੈ ਕਿ ਮੈਂ ਖੜ੍ਹਾ ਹਾਂ ਬਸ, ਕਿਉਂਕਿ ਇਹਨਾਂ ਦੇ ਸਾਹਮਣੇ ਐਡੀ ਵੱਡੀ ਸੰਸਥਾ ਦੇ ਸਾਹਮਣੇ ਖੜ੍ਹੇ ਰਹਿਣਾ ਜਿਹੜਾ ਆ ਇਹ ਬੜਾ ਔਖਾ ਆ, ਕਿਉਂਕਿ ਇੱਕ ਫਾਈਨੈਂਸ਼ਲੀ ਤੁਸੀਂ ਕੇਸ ਝਗੜ ਰਹੇ ਹੋ, ਦੂਜੇ ਨੰਬਰ 'ਤੇ ਤੁਹਾਡੇ ਪ੍ਰੋਗਰਾਮ ਰੋਕੇ ਜਾਂਦੇ ਆ, ਦੂਸਰੇ ਨੰਬਰ 'ਤੇ ਜਗ੍ਹਾ ਜਗ੍ਹਾ ਬਦਨਾਮੀ ਹੁੰਦੀ ਹੈ, ਹਰ ਕੋਈ ਕਹਿੰਦਾ ਲੜ ਰਹੇ ਆ, ਜਿਵੇਂ ਅੱਜ ਮੀਡੀਆ ਵਿੱਚ ਲੱਗਦਾ 2 ਬੰਦੇ ਲੜ ਰਹੇ ਆ, ਬਰਾਬਰ ਲੜਾਈ ਤਾਂ ਬਰਾਬਰ ਹੀ ਦਿਖਾਈ ਜਾਂਦੀ ਹੈ ਨਾ ਵੀ ਪਤਾ ਨਹੀਂ ਮੈਂ ਵੀ ਲੜੀ ਰਿਹਾ ਉੱਥੇ। ਹੁਣ ਉੱਥੇ ਸਿਰਫ ਮੇਰੇ ਮਨ ਵਿੱਚ ਇੰਨਾ ਵੀ ਮੈਂ ਖੜ੍ਹਾ ਰਹਾਂ, ਜੇ ਮੰਨ ਲਓ ਧਮਕੀਆਂ ਆ ਕੱਲ੍ਹ ਨੂੰ, ਹੁਣ ਜਿਵੇਂ ਉਹ ਕਹਿੰਦੇ ਅਸੀਂ ਇੱਦਾਂ ਕਰ ਦੇਣਾ ਕਰ ਵੀ ਦੇਣਗੇ, ਜੇ ਮੇਰੇ ਖੜ੍ਹੇ ਰਹਿਣ ਨਾਲ ਧਾਰਮਿਕ ਗੁੰਡਾਗਰਦੀ ਖਤਮ ਹੁੰਦੀ ਹੈ, ਕੱਲ੍ਹ ਨੂੰ ਮੇਰਾ ਜੇ ਕਤਲ ਵੀ ਹੋ ਜੇ, ਹੋ ਸਕਦਾ ਆ ਵੀ ਉੱਥੇ ਜੇ ਮੇਰਾ ਕਤਲ ਹੋਣ ਦੇ ਨਾਲ ਵੀ ਧਾਰਮਿਕ ਗੁੰਡਾਗਰਦੀ ਜੇ ਖਤਮ ਹੋ ਜੇ, ਸਾਡੇ ਲੋਕ ਅਵੇਅਰ ਹੋ ਜਾਣ ਵੀ ਧਾਰਮਿਕ ਗੁੰਡਾਗਰਦੀ ਜਿਹੜੀ ਇਹਦੇ 'ਤੇ ਨੱਥ ਪੈਣੀ ਚਾਹੀਦੀ ਹੈ, ਤਾਂ ਮੈਨੂੰ ਤਾਂ ਵੀ ਇਹ ਜਿਹੜਾ ਸੌਦਾ ਹੈ ਨਾ ਇਹ ਮਹਿੰਗਾ ਨਹੀਂ ਲੱਗੂ। ਜੇ ਕਤਲ ਵੀ ਮੈਂ ਹੁੰਦਾ ਪਰ ਇਹ ਧਾਰਮਿਕ ਗੁੰਡਾਗਰਦੀ ਨੰਗੀ ਹੋਣੀ ਚਾਹੀਦੀ ਹੈ। ਪਿਛਲੀ ਵਾਰ ਜਦ ਤੁਹਾਡੇ ਹਮਲਾ ਆਇਆ ਸੀ ਕਾਫੀ ਐਸਜੀਪੀਸੀ ਨੇ ਇੰਟਰਫੇਅਰ ਕਰ
ਧਮਕੀ ਆ ਰਹੀ ਹੈ ਤੁਹਾਨੂੰ ਸੁਲਾਹ ਕਰਾਉਣ ਵਾਸਤੇ ਜਾਂ ਉਹਨਾਂ ਦੇ ਉੱਪਰ ਕੋਈ ਬਿਆਨਬਾਜ਼ੀ ਇੱਦਾਂ ਨਹੀਂ ਕਰਨੀ ਵੀ ਇਹ ਗਲਤ ਗੱਲ ਨਹੀਂ ਐਸ ਜੀ ਪੀ ਸੀ ਦੇ ਮੁਲਾਜ਼ਮ ਨੇ ਜਥੇਦਾਰ ਅਕਾਲ ਤਖ਼ਤ ਮੁਲਾਜ਼ਮ ਨੇ ਐਸ ਜੀ ਪੀ ਸੀ ਦੇ ਜਿਸ ਵੇਲੇ ਵੀ ਕੋਈ ਧੱਕਾ ਹੁੰਦਾ ਆ ਉਹ ਹਮੇਸ਼ਾ ਮੈਨੂੰ ਕਾਲ ਕਰਕੇ ਭਾਵ ਕੇ ਸਾਨੂੰ ਹੁਕਮਨਾਮਾ ਜਾਰੀ ਕਰਦੇ ਆ ਵੀ ਤੁਸੀਂ ਪ੍ਰੋਗਰਾਮ ਰੱਦ ਕਰ ਦਿਓ ਢੱਡਰੀਆਂ ਵਾਲਾ ਉੱਥੇ ਵੀ ਰੱਦ ਕਰੇ ਢੱਡਰੀਆਂ ਵਾਲਾ ਉੱਥੇ ਵੀ ਰੱਦ ਕਰੇ ਉਹਨਾਂ ਨੇ ਅੱਜ ਤੱਕ ਇਹ ਨਹੀਂ ਕਿਹਾ ਕਿ ਸ਼ਬੀਲ ਲਾ ਕੇ ਬੰਦਾ ਮਾਰਨਾ ਗਲਤ ਗੱਲ ਹੈ ਇੱਕ ਵਾਰ ਜੇ ਅਕਾਲ ਤਖ਼ਤ ਦੇ ਜਥੇਦਾਰ ਨੇ ਕਿਹਾ ਕਿਉਂਕਿ ਉਹ ਸਾਰੇ ਡੰਡੇ ਵਾਲੀ ਧਿਰ ਹੈ ਉਹ ਵੱਡੀ ਧਿਰ ਹੈ ਅਸੀਂ ਇੱਥੇ ਇਕੱਲੇ ਹਾਂ ਸਾਰੇ ਇੱਕ ਪਾਸੇ ਹੈ ਉਹਨਾਂ ਦੇ ਨਾਲ ਹੀ ਖੜਨਗੇ ਫਿਰ ਉਹ ਮੇਰੇ ਨਾਲ ਕਿੱਥੇ ਖੜਦੇ ਗੁਰੂ ਅਰਜਨ ਦੇਵ ਸਾਹਿਬ ਦਾ ਪ੍ਰਕਾਸ਼ ਹੁੰਦਾ ਹਾਂਜੀ ਨਹੀਂ 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 ਐਸਾ ਕੁਛ ਨਹੀਂ ਹੁੰਦਾ ਉਹ ਤਾਂ ਕੁਦਰਤੀ ਜਿਵੇਂ ਉਹ ਮੀਟਿੰਗ ਦੇ ਵਿੱਚ ਉੱਥੇ ਉਹਨਾਂ ਦਾ ਪ੍ਰੋਗਰਾਮ ਸੀਗਾ ਉਸ ਵੇਲੇ ਵੀ ਕੁਦਰਤ ਇਕੱਠਾ ਹੋ ਗਿਆ ਐਦਕੀ ਉਹ ਪ੍ਰੋਗਰਾਮ ਦਾ ਮੇਰੇ ਖਿਆਲ ਰਣਨੀਤੀ ਉਲੀਕ ਰਹੇ ਹੋਣਗੇ ਇਸ ਕਰਕੇ ਸਾਰਾ ਕੁਛ ਹੋਇਆ ਚਾਹੀਦਾ ਇਹ ਹੈ ਕਿ ਮੈਂ ਤਾਂ ਉੱਥੇ ਪਹਿਲਾਂ ਵੀ ਪੁੱਛ ਕੇ ਹਟਿਆ ਸੀਗਾ ਵੀ ਬਾਬਾ ਹਰਨਾਮ ਸਿੰਘ ਉਹਨਾਂ ਨੂੰ ਆਪਣੇ ਜਿਹੜੇ ਇਹ ਗੁੰਡਾਗਰਦੀ ਵਾਲੇ ਅਨਸਰ ਨੇ ਇਹਨਾਂ ਨੂੰ ਉਹਨਾਂ ਨੂੰ ਆਪ ਨੱਥ ਹੋਣੀ ਚਾਹੀਦੀ ਹੈ ਜਿਸ ਕਰਕੇ ਉਹ ਅਤੇ ਉਹਨਾਂ ਦੀ ਜਥੇਬੰਦੀ ਬਦਨਾਮ ਨਾ ਹੋ ਹੁਣ ਕੈਪਟਨ ਸਾਹਿਬ ਨੇ ਤੁਹਾਨੂੰ ਸਕਿਉਰਟੀ ਦਾ ਐਲਾਨ ਕੀਤਾ ਗਿਆ ਹੈ ਹੁਣ ਜਿਵੇਂ ਤੁਸੀਂ ਦੀਵਾਲ ਲਾਉਣ ਜਾਓਗੇ ਸਕਿਉਰਟੀ ਤੁਹਾਡੇ ਨਾਲ ਜਾਊਗੀ ਜਾਂ ਕਿੱਦਾਂ ਜਾ ਉਰੇ ਰਹੂ ਕੀ ਪ੍ਰੋਸੀਜਰ ਹੋਊਗਾ ਜੀ ਉਹਦਾ ਨਹੀਂ ਉਹ ਤਾਂ ਹੁਣ ਦੇਖੋ ਅਸੀਂ ਸਾਨੂੰ ਅਗਲਾ ਕਹਿੰਦਾ ਹੈ ਜੀ ਵੀ ਇਹ ਤੁਸੀਂ ਸਰਕਾਰ ਦੀ ਛਤਰੀ ਜੀ ਸਕਿਉਰਟੀ ਦੀ ਉਹਨਾਂ 'ਤੇ ਹੁੰਦੀ ਹੈ ਜਿਹੜੇ ਬੰਦੇ ਜਿਹੜੇ ਪੰਥ ਦੇ ਉਲਟ ਕੰਮ ਕਰਦੇ ਆ ਡੈਮੋਕ੍ਰੇਸੀ ਵਿੱਚ ਕੀ ਕੀਤਾ ਜਾਵੇ ਮੰਨ ਲਓ ਵੀ ਕੋਈ ਬੰਦਾ ਤੁਹਾਨੂੰ ਮਾਰਨ ਦੀ ਧਮਕੀ ਦੇ ਰਿਹਾ ਜਾਂ ਤਾਂ ਤੁਸੀਂ ਖੁਦ ਹਥਿਆਰ ਚੁੱਕ ਕੇ ਮੁਕਾਬਲਾ ਕਰੋ ਉਹ ਆਪਾਂ ਕਰ ਨਹੀਂ ਸਕਦੇ ਅਤੇ ਜਾਂ ਫਿਰ ਕੀ ਹੈ ਕਿ ਸਮੇਂ ਦੀ ਜਿਹੜੀ ਸਰਕਾਰ ਹੈ ਉਹ ਵੇਖਣ ਵੀ ਇਹਨਾਂ ਨੂੰ ਕੀ ਪ੍ਰੋਵਾਈਡ ਸਕਿਉਰਟੀ ਕਿੱਦਾਂ ਦੀ ਪ੍ਰੋਵਾਈਡ ਕਰਾਉਣੀ ਚਾਹੀਦੀ ਹਾਂਜੀ ਨਹੀਂ 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 ਅਸੀਂ ਹਾਈ ਕੋਰਟ ਕੀਤਾ ਸੀ ਸਾਡੀ ਜਿਹੜੀ ਪਟੀਸ਼ਨ ਉੱਥੇ ਲੱਗੀ ਹੈ ਉਹਨਾਂ ਨੇ ਸੁਣਵਾਈ ਕੀਤੀ ਇਸ ਗੱਲ ਦੀ ਕਿ ਇਹਨਾਂ ਨੂੰ ਜੋ ਚਾਹੀਦਾ ਆ ਤੁਹਾਨੂੰ ਦੇਣਾ ਚਾਹੀਦਾ 2 ਸਾਲ ਦਾ ਸਮਾਂ ਹੋ ਚੁੱਕਿਆ ਤੁਸੀਂ ਸੀਬੀਆਈ ਦੀ ਰਿਮਾਂਡ ਕੀਤੀ ਸੀ ਸੀਬੀਆਈ ਇਨਕੁਆਇਰੀ ਹੋਈ ਚਾਹੀਦੀ ਹੈ ਹੁਣ ਸਰਕਾਰ ਵੀ ਜਿਹੜੀ ਹੈਗੀ ਹੈ ਪੰਜਾਬ ਦੇ ਵਿੱਚ ਬਦਲ ਚੁੱਕੀ ਹੈ ਤੁਹਾਨੂੰ ਲੱਗਦਾ ਕਿ ਸਰਕਾਰ ਜਿਹੜੀ ਕਿ ਸੀਬੀਆਈ ਇਨਕੁਆਇਰੀ ਵੱਲ ਕੋਈ ਧਿਆਨ ਨਹੀਂ ਦੇ ਰਹੀ ਨਹੀਂ ਮੈਂ ਅੱਜ ਵੀ ਕਹਿਣਾ ਚਾਹੁੰਦਾ ਕਿ ਜੇ ਸਰਕਾਰ ਚਾਹੇ ਤਾਂ ਸੀਬੀਆਈ ਨੂੰ ਉਹਨਾਂ ਨੂੰ ਜਾਂਚ ਦੇਣੀ ਚਾਹੀਦੀ ਹੈ ਅੱਜ ਵੀ ਮੈਂ ਇਹ ਮੰਗ ਕਰਦਾ ਬਾਬਾ ਜੀ ਉਹੀ ਗੱਲ ਹੈ ਵੀ 2 ਸਾਲ ਦੇ ਵਕਫੇ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਉਵੇਂ ਹੈਗੀਆਂ ਅਸੀਂ ਨਰਮਾਈ ਵਰਤ ਜਾਂਦੇ ਉਹ ਨਹੀਂ ਵਰਤ ਰਹੇ ਤੇ ਕਿਸੇ ਨਾ ਕਿਸੇ ਲੱਗਦਾ ਵੀ ਸਰਕਾਰ ਵੀ ਇਸ ਮਾਮਲੇ 'ਚ ਮੌਜੂਦਾ ਸਰਕਾਰ ਵੀ ਢਿੱਲੀ ਹੈ ਕਾਰਵਾਈ ਕਰਨ 'ਚ ਉਹਨਾਂ ਦੇ ਖਿਲਾਫ ਨਹੀਂ ਜੀ ਉਹ ਹਾਂ ਬਿਲਕੁਲ ਇਹ ਹੈ ਵੀ ਇਸ ਵਾਰ ਜਿਵੇਂ ਇਹਨਾਂ ਨੇ ਕੱਲ੍ਹ ਗੱਲ ਕੀਤੀ ਹੈ ਇਹ ਪਹਿਲੀ ਵਾਰ ਮੈਂ ਸੁਣਿਆ ਵੀ ਇੱਦਾਂ ਇਹਨਾਂ ਨੇ ਮੈਂ ਤੁਹਾਨੂੰ ਕਹਿ ਰਿਹਾ ਵੀ ਜਿਸ ਵੇਲੇ ਮੈਂ ਵੀ ਧੱਕਾ ਕਰਾਂ ਕਿਸੇ ਨਾਲ ਉਸ ਵੇਲੇ ਵੀ ਇਹਨਾਂ ਨੂੰ ਚੇਤਾਵਨੀ ਮੈਨੂੰ ਵੀ ਦੇਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਚਾਹੇ ਕੋਈ ਵੀ ਡੈਮੋਕ੍ਰੇਸੀ ਵਿੱਚ ਧੱਕਾ ਕਰਦਾ ਆ ਕਿਸੇ ਨਾਲ ਵੀ ਧੱਕਾ ਹੁੰਦਾ ਆ ਸਖਤ ਹੋਣਾ ਚਾਹੀਦਾ ਆ ਚਾਹੇ ਇਹ ਸਰਕਾਰ ਹੈ ਚਾਹੇ ਦੂਸਰੀ ਸਰਕਾਰ ਹੈ ਇੱਕ ਹੋਰ ਗੱਲ ਸੀ ਜਿਵੇਂ ਵੀ ਕੈਪਟਨ ਸਾਹਿਬ ਦੇ ਵੱਲੋਂ ਟਵੀਟ ਕੀਤਾ ਗਿਆ ਅਤੇ ਉਵੇਂ ਖਬਰਾਂ ਜਿਹੜੀਆਂ ਇਹ ਉੱਠਦੀਆਂ ਆ ਰਹੀਆਂ ਸੀ ਵੀ ਢੱਡਰੀਆਂ ਵਾਲੇ ਦਾ ਜਿਹੜਾ ਰਾਜਨੀਤੀ ਦੇ ਵਿੱਚ ਇੱਕ ਸਟੈਪ ਅੱਗੇ ਵੱਧਦਾ ਦਿਖਾਈ ਦੇ ਰਿਹਾ ਵੀ ਉਹ ਕਾਂਗਰਸ ਸਾਈਡ ਇਵੇਂ ਦਾ ਹੈ ਕੁਛ ਜੀ ਨਹੀਂ ਮੇਰੀ ਬੇਨਤੀ ਸੁਣੋ ਪੰਜਾਬ ਸਰਕਾਰ ਹੈ ਜਿਹੜੀ ਉਹ ਕਿਸੇ ਦੀ ਸਪੋਰਟ ਇਸ ਕਰਕੇ ਨਾ ਕਰੇ ਕਿ ਲੋਕ ਕੱਲ੍ਹ ਨੂੰ ਸਾਨੂੰ ਇਹ ਕਹਿਣਗੇ ਵੀ ਤੂੰ ਤਾਂ ਇਹਦੇ ਨਾਲ ਜੁੜ ਗਿਆ ਠੀਕ ਹੈ ਡੈਮੋਕ੍ਰੇਸੀ ਵਿੱਚ ਕੋਈ ਵੀ ਬੰਦਾ ਕਿਸੇ ਸਰਕਾਰ ਕੋਲ ਨਾ ਜਾਵੇ ਜੇ ਜਾਏਗਾ ਤਾਂ ਉਹਨੂੰ ਇਹ ਹੋਏਗਾ ਵੀ ਸਰਕਾਰ ਮੇਰੇ ਹੱਕ 'ਚ ਭੁਗਤ ਰਹੀ ਹੈ ਹੁਣ ਹੋ ਕੀ ਸਕਦਾ ਆ ਤੁਸੀਂ ਪ੍ਰਸ਼ਾਸਨ ਕੋਲ ਜਾ ਸਕਦੇ ਹੋ ਆਪਣੀ ਬੇਨਤੀ ਰੱਖ ਸਕਦੇ ਹੋ ਲਾਅ ਐਂਡ ਆਰਡਰ ਕਿਸ ਤਰ੍ਹਾਂ ਠੀਕ ਰੱਖਣਾ ਇਹ ਸਰਕਾਰ ਨੇ ਦੇਖਣਾ ਸਰਕਾਰ ਚਾਹੇ ਕੋਈ ਹੋਵੇ ਉਹ ਕਿਵੇਂ ਇਹਨੂੰ ਠੀਕ ਸਮਝਦੇ ਆ ਉਹ ਆਪਣਾ ਕੰਮ ਕਰਨ ਉਹ ਬੜੀ ਵੱਡੀ ਗੱਲ ਹੈ ਜੀ ਵੀ ਮੈਂ ਧਰਤੀ ਵਿੱਚ ਧੱਕ ਦਿਆਂਗਾ ਆ ਨਹੀਂ ਗਲਤ ਬਿਆਨ ਹੈ ਇੱਦਾਂ ਦਾ ਬਿਆਨ ਜਿਹੜਾ ਆ ਅੱਜ ਦੇ ਸਮੇਂ ਵਿੱਚ ਸਾਨੂੰ ਅਸੀਂ ਕਿਹੜੇ ਯੁੱਗ ਵਿੱਚ ਜੀ ਰਹੇ ਹਾਂ ਸਾਨੂੰ ਸੋਚਣਾ ਤਾਂ ਚਾਹੀਦਾ ਨਾ ਕਿਹੜੇ ਸਮੇਂ ਵਿਚਾਰਾਂ ਦੀ ਗੱਲ ਕਰਦੇ ਵੀ ਫਿਰ ਤੁਸੀਂ ਤਿਆਰ ਸੀਗੇ ਵੀ ਵਿਚਾਰ ਕਰਨ ਦੇ ਲਈ ਵਿਚਾਰ ਬਿਲਕੁਲ ਅੱਜ ਸੋਸ਼ਲ ਮੀਡੀਆ ਤੇ ਆਪਾਂ ਵਿਚਾਰ ਮੈਂ ਆਪਣੇ ਵਿਚਾਰ ਪਾਤੇ ਉਹ ਆਪਣੇ ਵਿਚਾਰ ਪਾਣ ਆਪਣੀ ਗੱਲ ਕਰਨ ਇਕੱਠੇ ਬਹਿਣ ਵਾਲੀ ਗੱਲ ਤਾਂ ਅਮਰੀਕ ਸਿੰਘ ਚੰਡੀਗੜ੍ਹ ਵਾਲੇ ਨੇ ਕਰ ਹੀ ਲਈ ਸੀ ਸਟੇਜ ਤੋਂ ਉਹਨੂੰ ਲਾ ਲਿਆ ਕਹਿੰਦੇ ਆਓ ਵਿਚਾਰ ਕਰੀਏ ਜਦੋਂ ਵਿਚਾਰ ਕਰਨ ਜਾ ਰਹੇ ਸੀ ਉੱਥੇ ਰਾਹ ਵਿੱਚ ਉਹਦੀ ਪੱਗ ਲਾ ਕੇ ਉਹਦੇ ਸਿਰ 'ਤੇ ਕੜੇ ਮਾਰੇ ਗਏ ਅਤੇ ਉਹ ਉੱਥੇ ਵਿਚਾਰ ਕਰਨ ਵਾਲੀ ਤਾਂ ਇਹਨਾਂ ਕੋਲ ਗੱਲ ਹੀ ਨਹੀਂ ਇਹਨਾਂ ਨੂੰ ਪਤਾ ਇਹਨਾਂ ਦੀ ਦਲੀਲ ਦਾ ਜਵਾਬ ਨਹੀਂ ਦੇ ਹੋਣਾ ਸਾਥ ਉਹ ਲਫ਼ਜ਼ ਗੁਰੂ ਨਿੰਦਕ ਵਰਤ ਰਹੇ ਆ ਜੀ ਤੁਹਾਡੇ ਲਈ ਐਸੀ ਕਿਹੜੀ ਉਹਨਾਂ ਦੀ ਗੱਲ ਚੁਭੀ ਹੈਗੀ ਹੈ ਜਿਹਦੇ ਲਈ ਉਹਨਾਂ ਨੇ ਤੁਹਾਨੂੰ ਅੱਜ ਗੁਰੂ ਨਿੰਦਕ ਦਾ ਨਾਮ ਦਿੱਤਾ ਅਸਲ 'ਚ ਉਹਨਾਂ ਨੂੰ ਆਪਣੀਆਂ ਪਰੰਪਰਾਵਾਂ ਦੇ ਵਿਰੁੱਧ ਜਦੋਂ ਉਹਨਾਂ ਲੱਗਦਾ ਹੈ ਕਿ ਗੁਰਬਾਣੀ ਦੇ ਮੁਤਾਬਕ ਦਲੀਲ ਨਾਲ ਇਹ ਗੱਲ ਕਰਦਾ ਆ ਅਤੇ ਉਹਨੂੰ ਬਹਾਨਾ ਇਹ ਬਣਾਇਆ ਜਾਂਦਾ ਵੀ ਗੁਰੂ ਦੀ ਨਿੰਦਿਆ ਕਰਦਾ ਆ ਗੁਰੂ ਨਿੰਦਕ ਹੈ ਜੀ ਮੈਂ ਕਹਿ ਰਿਹਾ ਪਾਣੀ 'ਤੇ ਲਿਆਉਂਦੇ ਹੋ ਯਾਰ ਬਾਣੀ ਵੀ ਲੈ ਕੇ ਆਇਆ ਕਰੋ ਇਹ ਕਹਿੰਦੇ ਸਰੋਵਰਾਂ ਨੂੰ ਕਹਿੰਦਾ ਪੂਰ ਦਿਓ ਆਪਣੇ ਕੋਲੋਂ ਬਣਾ ਲਈ ਇਹ ਗੱਲ ਇੰਨੀ ਹੁਣ ਇੰਨੀ ਗੱਲ ਤਾਂ ਆਪਾਂ ਕਹਿ ਹੀ ਸਕਦੇ ਹਾਂ ਨਾ ਵੀ ਪਾਣੀ 'ਤੇ ਲਿਆਉਂਦੇ ਹੋ ਯਾਰ ਬਾਣੀ ਵੀ ਲੈ ਆਓ ਇਸੇ ਚੀਜ਼ ਨੂੰ ਇਸ਼ੂ ਬਣਾ ਲੈਂਦੇ ਹਾਂਜੀ